ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਿਸ ਨੇ 2 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਇਸ ਦੇ ਸੰਬੰਧ ਵਿੱਚ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਨਸ਼ਿਆਂ ਦੀ ਅਲਾਮਤ ਨੂੰ ਰੋਕਣ ਲਈ ਕਮਰ ਕੱਸ ਲਈ ਹੈ। ਉਹਨਾਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਅਪਰਾਧੀਆਂ ਨੂੰ ਫੜਨ ਲਈ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਾਜੀ ਮੰਡੀ ਵਾਲੇ ਪਾਸਿਓਂ 2 ਵਿਅਕਤੀਆਂ ਨੂੰ ਆਉਂਦੇ ਦੇਖਿਆ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਤਲਾਸ਼ੀ ਦੌਰਾਨ ਉਹਨਾਂ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ। ਗ੍ਰਿਫਤਾਰ ਦੋਵੇਂ ਵਿਅਕਤੀ ਝਾਰਖੰਡ ਦੇ ਦੱਸੇ ਜਾ ਰਹੇ ਨੇ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਦੇ ਖਿਲਾਫ਼ FIR ਦਰਜ ਕਰ ਲਈ ਗਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜੀ, ਅੱਜ ਸਾਡੇ ਸੈਂਟਰਲ ਸਬ ਡਿਵੀਜ਼ਨ ਦੀ ਪੁਲਿਸ ਨੇ 2 ਕਿਲੋ ਅਫੀਮ ਰਿਕਵਰ ਕੀਤੀ ਹੈ, ਜਿਹਦੇ ਵਿੱਚ 2 ਦੋਸ਼ੀ, ਜਿਨ੍ਹਾਂ 'ਚੋਂ ਇੱਕ ਬੰਦਾ ਹੈ, ਇੱਕ ਫੀਮੇਲ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਔਰ ਇਹ ਜਿਹੜੇ ਹੈਗੇ ਆ ਝਾਰਖੰਡ ਦੇ ਰਹਿਣ ਵਾਲੇ ਆ ਔਰ ਇਹ ਝਾਰਖੰਡ ਤੋਂ ਹੀ ਆ ਰਹੇ ਸੀਗੇ ਔਰ ਦੁਰਗਿਆਨਾ ਐਕਸਪ੍ਰੈਸ ਦੇ ਵਿੱਚ ਟ੍ਰੇਨ 'ਚ ਆਏ ਸੀਗੇ ਰੇਲਵੇ ਸਟੇਸ਼ਨ ਤੋਂ ਅਤੇ ਕਾਜ਼ੀ ਮੰਡੀ ਦੇ ਲਾਗੋ ਅਸੀਂ ਇਹਨਾਂ ਨੂੰ ਸਾਡਾ ਨਾਕਾ ਲੱਗਾ ਹੋਇਆ ਸੀ, ਉੱਥੇ ਇਹਨਾਂ ਨੂੰ ਸ਼ੱਕ ਦੇ ਬਿਨਾਂ 'ਤੇ ਰੋਕ ਕੇ ਪਕੜਿਆ ਗਿਆ ਅਤੇ ਜਦੋਂ ਸਰਚ ਦੌਰਾਨ ਸਾਨੂੰ ਇਹ ਰਿਕਵਰੀ ਹੋਈ। ਸਰ, ਇਹ ਟ੍ਰੇਨ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਆਏ ਅਫੀਮ ਨੂੰ? ਅਗਰ ਸਟੇਸ਼ਨ ਤੇ ਆਉਂਦੇ ਇਹਦੇ ਉੱਤੇ ਚੈਕਿੰਗ ਪੁਆਇੰਟ ਏਰੀਆ ਹੁੰਦੇ ਨੇ, ਉੱਥੇ ਚੈਕਿੰਗ ਵਗੈਰਾ ਕੀਤੀ ਗਈ ਸੀ ਪੁਲਿਸ ਵੱਲੋਂ? ਇਹ ਹੁਣ ਤਫਤੀਸ਼ ਦੇ ਵਿੱਚ ਆਏਗਾ ਕਿ ਕਿਸ ਤਰੀਕੇ ਨਾਲ ਚੈਕਿੰਗ ਕੀਤੀ ਗਈ ਸੀ, ਹਾਊ ਦੇ ਕ੍ਰੋਸ ਦੈਟ। ਉਹ ਵੀ ਹੁਣ ਅੱਗੇ ਫਾਰਵਰਡ ਬੈਕਵਰਡ ਲਿੰਕ ਚੀਜ਼ ਆਣਗੀਆਂ ਜੀ ਕਿ ਕਿੱਥੋਂ ਲੈ ਕੇ ਆਏ ਨੇ ਤੇ ਕਿੱਥੇ ਅੱਗੇ ਦੇਣੀਆਂ ਸੀ, ਉਹ ਸਾਰੀ ਅੱਗੇ ਤਫਤੀਸ਼ ਦੇ ਵਿੱਚ ਆਏਗਾ ਲਗਾਤਾਰ, ਕਿਉਂਕਿ ਪੁਲਿਸ ਜਿਹੜਾ ਐਂਟੀ ਡਰਗ ਕੰਪੇਨ ਦੇ ਦੌਰਾਨ ਜਿਹੜਾ ਕਾਫੀ ਅਫੀਮ ਫੜ ਚੁੱਕੀ ਹੈਗੀ ਹੈ, ਪਿੱਛੇ ਇੱਕ ਵੱਡਾ ਰੈਕਟ ਵੀ। ਜੀ ਇਹ ਵੀ ਕੋਈ ਰੈਕਟ ਦਾ ਹਿੱਸਾ ਹੈ? ਇਹ ਹੁਣ ਤਫਤੀਸ਼ ਦੇ ਵਿੱਚ ਹੀ ਕਲੀਅਰ ਹੋ ਜਾਏਗਾ ਕਿਸ ਕਿਸ ਨਾਲ ਇਹਨਾਂ ਦੀ ਅਟੈਚਮੈਂਟ ਹੈਗੀ ਹੈ। ਇਹਨਾਂ ਦੇ ਮੋਬਾਈਲਸ ਅਸੀਂ ਕਬਜ਼ੇ 'ਚ ਲਏ ਨੇ, ਉਹਨਾਂ 'ਚੋਂ ਹੁਣ ਫਰਦਰ ਜਿਹੜੇ ਲਿੰਕੇਜ ਨੇ ਉਹ ਫਾਰਵਰਡ ਐਂਡ ਬੈਕਵਰਡ ਦੋਨੋਂ ਹੀ ਵਰਕਆਊਟ ਕਰਨ। ਆਰੋਪੀਆਂ ਦਾ ਕੀ ਨਾਮ ਹੈ ਔਰ ਇਹਨਾਂ ਦੇ ਕੀ ਮਾਮਲਾ ਹੈ? ਇਹ ਆਰੋਪੀ ਦਾ ਇੱਕ ਜਿਹੜਾ ਬੰਦਾ ਹੈ ਉਹਨਾਂ ਦਾ ਬਲਵੰਤ ਕੁਮਾਰ ਹੈ ਤੇ ਲੇਡੀ ਦਾ ਨਾਮ ਬਿਮਲਾ ਦੇਵੀ ਹੈ। ਇਹ ਦੋਨੋਂ ਇੱਥੇ ਦੇ ਰਹਿਣ ਵਾਲੇ ਕਿ ਪ੍ਰਵਾਸੀ? ਨਹੀਂ, ਇਹ ਦੋਨੋਂ ਪ੍ਰਵਾਸੀ ਹੈ ਜੀ, ਝਾਰਖੰਡ ਦੇ ਰਹਿਣ ਵਾਲੇ। ਦੈਨਿਕ ਸਵੇਰਾ ਟੀਵੀ ਦੇ ਲਈ ਜਲੰਧਰ ਤੋਂ ਸੁਰਿੰਦਰ ਕੰਬੋਜ ਦੀ ਰਿਪੋਰਟ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।